ਲੈ ਵੀ ਤਿਆਰ ਆਪਾਂ ਹੋ ਗਏ ਆ, ਹਰ ਫਤਿਹ ਵੀ ਤਿਆਰ ਹੋ ਗਿਆ, ਟਾਈਮ ਹੋ ਗਿਆ 9 ਵਜੇ ਦਾ। ਤੇ ਹਾਂਜੀ, ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ, ਕਿਵੇਂ ਆ ਸਾਰੇ? ਠੀਕ ਠਾਕ। ਤੇ ਅਸੀਂ ਜਾ ਰਹੇ ਹਾਂ ਸ਼੍ਰੀ ਦਰਬਾਰ ਸਾਹਿਬ, ਤੇ ਮੈਂ ਕਿਹਾ ਚੱਲ ਸੰਡੇ ਅੱਜ, ਤੇ ਮੈਂ ਤੇ ਜਾਂਦਾ ਹੀ ਜਾਂਦਾ, ਚਲੋ ਮੈਂ ਕਿਹਾ ਚਲੋ ਹਰ ਫਤਿਹ ਨੂੰ ਤੇ ਕਿਰਨ ਨੂੰ ਵੀ ਲੈ ਚੱਲਦੇ ਨਾਲ, ਮੱਥਾ ਟੇਕ ਲੈਂਦੇ ਜਾ ਕੇ। ਤੇ ਜਿਹੜੇ ਅੰਤ ਤੱਕ ਵਲੋਗ ਦੇ ਨਾਲ ਹੋ ਸਕਿਆ ਤਾਂ ਉੱਧਰੋਂ ਮੰਮੀ ਵੀ ਸ਼ਾਇਦ ਜਾਣਗੇ। ਉੱਧਰ ਮੰਮੀ ਨੂੰ ਵੀ ਕੀਤਾ ਫੋਨ ਮੈਂ ਆਪਣੇ ਨੂੰ, ਤੇ ਉਹ ਕਹਿੰਦੇ ਨਹੀਂ ਮੈਂ ਇੱਥੋਂ ਜਾ ਆਉਣਾ। ਤੇ ਆਪਣੀ ਗੱਡੀ ਰਹਿਣ ਤਾਂ ਇੱਥੇ ਲੱਗੀ, ਅਤੇ ਕਿਉਂਕਿ ਇਹ 'ਚ ਥੋੜ੍ਹੀ ਜਿਹੀ ਨਾ ਪ੍ਰੋਬਲਮ ਜੀ, ਅਗਲਿਆਂ ਸਟੇਅਰਿੰਗ ਤੋਂ ਆਵਾਜ਼ ਜੀ ਕਰਦੀ ਗੱਡੀ, ਅਤੇ ਮੈਂ ਕਿਹਾ ਚਲੋ ਦੀਪ ਵਾਲੀ ਲੈ ਜਾਂਦੇ ਹਾਂ, ਹੋ ਸਕਿਆ ਦੀਪ ਨੂੰ ਨਾਲ ਲੈ ਜਾਵਾਂਗੇ, ਫਿਰ ਦੇਖਦੇ ਹਾਂ ਕਿ ਜਾ ਕੇ ਉੱਥੇ ਕੀ ਪ੍ਰੋਗਰਾਮ ਬਣਦਾ। ਅਤੇ ਜਿਹੜੇ ਨਵੇਂ ਨੇ ਸਾਡੇ ਚੈਨਲ ਕੋਲ ਸਬਸਕ੍ਰਾਈਬ, ਅਤੇ ਜੁੜੇ ਰਹਿਣ ਤੱਕ ਲਾਓ ਦੇ ਨਾਲ। ਲੈ ਵੀ ਚੱਲੇ ਹਾਂ ਦੀਪ ਵਾਲੀ ਗੱਡੀ 'ਚ, ਹਰ ਪਤਾ ਇੱਧਰ। ਹਾਂਜੀ, ਚਲੋ ਮਿਲਦੇ ਹਾਂ ਫਿਰ, ਉੱਧਰ ਜਾ ਕੇ ਦੇਖ ਲਈਏ ਫਿਰ ਦੀਪ ਜਾਊਗਾ ਨਾਲ ਕਿ ਨਹੀਂ। ਫਿਰ ਇਹ ਪਤਾ ਨਾ ਕੀ ਕਹੀ, ਪਤਾ ਕੀ ਕਹੀ ਜਾਂਦੀ, ਸਮਝ ਨਹੀਂ ਲੱਗਦੀ ਇਹਦੀ। ਚਲੋ ਕੋਈ ਨਹੀਂ, ਫਿਰ ਹਰ ਫਤਿਹ ਚੱਲੀਏ, ਫਿਰ ਬਾਬੇ ਦੇ ਜਾਣਾ ਅੱਜ। ਆਹ ਮੁੰਡੇ ਦੀ ਗੈਸ ਵਾਲੀ ਦਵਾਈ ਮੈਂ ਨਾਲ ਹੀ ਫੜੀ। ਹਾਂਜੀ ਫਤਿਹ, ਚਲੋ ਮਾਮੂ ਨੂੰ ਲੈ ਜਾਈਏ ਨਾਲ, ਫਿਰ ਮਾਮੂ ਤੇਰੇ ਨੂੰ, ਮਾਮੂ ਨੂੰ ਲੈ ਜਾਈਏ ਨਾਲ। ਤੇਰਾ ਵੀ ਤੇ ਨਿੱਕਾ ਜਿਹਾ ਮੋਈ, ਉਹ ਵੀ ਗਾਣੀ ਮੈਨੂੰ ਕਹੋਗੀ ਨਿੱਕਾ ਜਿਹਾ ਮੋਈ ਐ ਕਰੂਗੀ। ਉਹਨਾਂ ਸਾਰਿਆਂ ਨੇ ਕਹਿਣਾ ਲੈ ਵਲੋਗ ਬਣਾਉਣ ਦੀ, ਬਾਹਰ ਆਣ ਕੇ ਸਤਿ ਸ਼੍ਰੀ ਅਕਾਲ ਬੁਲਾਈ। ਮੰਮੀ ਦੀ ਅੱਜ ਟੌਰ ਵੱਖਰੀ ਅੱਜ ਸਾਰਿਆਂ ਦਾ ਜ਼ਿਆਦਾ। ਅੱਗੇ ਅੱਗੇ ਡੈਡੀ ਨੇ ਨਾ ਸਭ ਤੋਂ ਪਹਿਲਾਂ ਨਾ ਐਂ ਸਵੇਰ ਦਾ ਰੌਲਾ ਪਾਇਆ ਸੀ, ਤਾਂ ਆਪ ਹੁਣ ਲੇਟ ਕਰਾ ਤਾ ਇਹਨਾਂ ਨੇ, ਡੈਡੀ ਨੇ ਲੇਟ ਕਰਾਇਆ ਅੱਜ। ਹਾਂਜੀ, ਅਸੀਂ ਹੁਣ ਬਹਿ ਗਏ ਹਾਂ ਗੱਡੀ ਵਿੱਚ। ਆਪਾਂ ਖੋਤੇ ਗੋਲਡਨ ਗੇਟ, ਲਾਲ ਬੱਤੀ ਹੋਈ। ਚਲੋ ਨਾ ਭਲਾ ਕੀ ਦਿਨਾਵਾ, ਪਹੁੰਚ ਗਏ ਅੰਮ੍ਰਿਤਸਰ, ਉੱਧਰ ਲਾਵਾਂਗੇ ਗੱਡੀ ਪਾਰਕਿੰਗ। ਉਹ ਸਿਫਟ ਨੂੰ ਮੈਂ ਭਾਵੇਂ ਟੋਪ ਮੜ ਲਿਆ, ਉਹਨੂੰ ਅਗਲੇ ਬੰਨੇ ਬ੍ਰੇਕਾਂ ਬਸ ਨਾ ਮਗਰ ਹੈ ਨਹੀਂ ਡਿਸਕ ਬ੍ਰੇਕਾਂ। ਪਾਰਕਿੰਗ ਦੇ ਵਿੱਚ ਰਸ਼ ਬਹੁਤ ਹੋ, ਕਿਉਂਕਿ ਅੱਜ ਹੈ ਵੀ ਸੰਡੇ ਹੈ, ਅਤੇ ਉਹਦੇ ਕਰਕੇ ਪਾਰਕਿੰਗ ਦੇ ਵਿੱਚ ਸ਼ਾਇਦ ਜਗ੍ਹਾ ਮਿਲੇ ਨਾ ਮਿਲੇ ਕਹਿ ਵੀ ਨਹੀਂ ਸਕਦੇ। ਯਾਰ ਕੀ ਕਰਨ ਡੇ ਤੁਸੀਂ, ਜਾਣ ਦੇ ਨਾ ਵੀ ਇੱਥੇ ਪਰਚੀ ਕੱਟਦੇ ਆ, ਕਹਿੰਦੇ 20 ਰੁਪਏ 50 ਵਾਪਸ ਆਉਂਦੇ ਨਹੀਂ, ਕਹਿੰਦੇ 50 ਲੈਂਦੇ 20 ਲੈਂਦੇ 50 ਰੁਪਏ ਲੈਣਗੇ ਘੱਟੋ ਘੱਟ, 50 ਰੁਪਏ ਲੈਂਦੇ ਆ। ਅੱਛਾ ਥੱਲੇ ਜਗ੍ਹਾ ਵੇਖ ਲਈ, ਆਹ ਦੀਪੂ ਮਗਰ 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 ਆਵੇ, ਆਹ ਇੱਧਰ ਥੰਮ ਦੇਣ ਲੱਗ ਗਏ, ਲੈ ਵੀ ਪਾਰਕਿੰਗ 'ਚ ਗੱਡੀ ਲਾ ਤੀ ਇੱਥੇ ਆਪਾਂ। ਚਲੋ ਫਿਰ ਨਿਕਲੋ ਬਾਹਰ ਚੱਲੀਏ, ਹੈਂ ਕੀ ਹੋਇਆ ਵਾ, ਕੀ ਗੱਲ ਆ, ਨਾਲੇ ਦੰਦ ਕੱਢੀ ਜਾਣ ਦੇ ਨਹੀਂ ਭਾਰਾ ਲੱਗਣ ਦੇ, ਜੇ ਮੈਂ ਚੁੱਕੇ ਨਾ ਮੈਂ ਭਾਰਾ ਤੇ ਚੜ ਕੀਤਾ। ਹਾਂ ਲੋ ਕਰਤਾ ਨੁਕਸਾਨ ਮੁੰਡੇ, ਐਦਾਂ ਨਹੀਂ ਖੋਲ ਕੇ ਹਰ ਫਤ ਸੱਤਾ ਜਿਹਾ ਗੱਡੀਆਂ ਦੀ ਖੋਲ ਕੇ ਪਾਦੇ ਨਾ ਨਾ ਕੇ ਪੈਣ ਤੇ ਨਾ ਦੋ ਸਕੀਮੇ ਗੱਡੀ ਵਧੀਆ ਦੇ ਦੀ। ਚਲੋ ਵੀ ਲਾ ਦੇ ਗੱਡੀ ਪਾਰਕਿੰਗ 'ਚ, ਨੁਕਸਾਨ ਹੋ ਗਿਆ ਭੱਜ ਕੇ ਕਹਿ ਗਿਆ, ਜੇ ਡੈਲ ਦਾ ਨੁਕਸਾਨ ਹੋ ਗਿਆ ਨਾ ਭੱਜੇ ਨਹੀਂ ਹੋਣਾ। ਆਹ ਗੱਡੀ ਬੈਟਰੀ ਵਾਲੀ ਹੈ ਵੈਸੇ, ਇਹਦਾ ਫਾਇਦਾ ਬਹੁਤ ਜ਼ਿਆਦਾ, ਇਹ MG ਵਾਲਿਆਂ ਦੀ ਹੈ।
ये 8 लाख दी है। मैं कहना की कहने ही इन्हें तोड़ता वा दूजा बैग दे चलो मैं क्या पहुंच गए हैं श्री दरबार साहब। थले कुत्ता ही हो ना पैर ना रहा देते चलो चलिए चलो चलो कहाँ नहीं पानी रहन दे कटती हूँ नहीं पानी रहन दे रह बंद ही रहन दे मैंने फड़ा दे मैं जेब च पा चलो चलो आ जाओ ਹੁਣ ਪਾਰਕਿੰਗ ਉਧਰ ਵਾ ਬਹੁ ਮੋਟਰਸਾਈਕਲ ਤੇ ਹੁੰਦੇ ਮੋਟਰਸਾਈਕਲ ਮੋਟਰਸਾਈਕਲ ਟ੍ਰੇਨ ਤੇ ਹੁੰਦੇ ਨੇ ਟ੍ਰੇਨ ਤੇ ਹੁਣ ਟ੍ਰੇਨ ਵੇਰ ਕੇ ਤੱਕ ਆਉਂਦੀ ਹੁਣ ਨਹੀਂ ਉਹ ਵਿੱਚ ਕੰਮ ਜਿਹਾ ਚੱਲਣ ਡਿਆ ਹੁਣ ਉੱਥੇ ਵੇਰ ਕੇ ਤੱਕ ਫਿਰ ਟ੍ਰੇਨ ਚੱਲ ਪਈ ਫਿਰ ਪੀਆਂ 'ਚ ਆਉਣਾ ਹੁਣ ਪਾਰਕਿੰਗ ਉਧਰ ਕਰਤੀ ਉਹਨਾਂ ਨੇ ਉਧਰ ਲੈ ਗਏ ਉੱਥੇ ਫਿਰ ਪੈਸੇ ਲਾਉਂਦੇ ਹੈਂ ਮੋਟਰਸਾਈਕਲ ਕਿੱਥੇ ਲਾਉਂਦੇ ਨਹੀਂ ਮੋਟਰਸਾਈਕਲ ਨਾਲ ਹੀ ਉੱਥੇ ਚੱਲ ਜਾਂਦਾ ਉੱਥੋਂ ਹੀ ਅਕਾਲ ਤਖਤ ਸਾਹਿਬ ਦੇ ਨਾਲ ਆ ਜੀਦਾ ਅੱਛਾ ਉਹ ਮਗਰੋਂ ਦੀ ਮਸਲ ਘੁੰਮ ਕੇ ਉੱਥੋਂ ਦੀ ਆ ਜੀਦਾ ਉਹ ਜਿੱਥੇ ਉਹ ਆਹ ਆਹ ਉੱਥੇ ਉਹ ਮੁੰਡਾ ਵੀ ਉੱਥੇ ਉੱਥੇ ਹਰ ਫਤਿਹ ਚਲੋ ਵੀ ਪਹੁੰਚਣੇ ਵਾਲੇ ਆਪਾਂ ਬਸ ਹਾਂਜੀ ਹਾਂਜੀ ਹਰ ਫਤਿਹ ਜੀ ਬਾਬੇ ਦੇ ਆਇਆ ਬਾਬੇ ਦੇ ਹੈਂ ਹੁਣ ਹਰ ਫਤਿਹ ਨੂੰ ਇਹਨਾਂ ਨੇ ਚੁੱਕਿਆ ਹੋਇਆ ਪਹਿਲਾਂ ਮੈਂ ਚੁੱਕਿਆ ਮੇਰੀ ਬਾਹ ਥੱਕ ਗਈ ਅੱਜ ਸੰਡੇ ਆ हर पते बाबा जी दे आ गए बाबा जी दे चूना मेरा उधर मम्मी डैडी दीप जोड़े जमा करा रहे बैठे लो जी अहीं भी आ गए अहीं भी आ गए डैडी भी आ गए स्नान करके हार मार पिया ये मुंडे मुंह पूंज मारा जी ਇਹਦਾ ਨਹੀਂ ਕਰਨਾ
ਹੁਣ ਇਹਨਾਂ ਤਾਂ ਹੁਣ ਸਾਂਭਣ ਲੱਗ ਪਿਆ हाँ जी हर फतेह सौ गया फिर है अपनी अरदास दे बोल पूरे करदिआं शीश भेट कीता चल पे दर्शन करके आ गए दुकान च इत्थे देखदे आ चलो चलो हो जाओ गांव हो सारे जगह बड़ी अगे वे बड़ी जगह यार ये कड़ा कड़ा अरे हर फते फते अजे नु होना ही नहीं दे एदी साइज दा होना ही नहीं जे अंतु ये साइज दा नहीं होना पाया है यार ने पाया यार दाना कर यार पाया इधर से ए दादी दी ले इनी दादी ने पाया ले ले के आए बाहर नजारे लगे तियां लगी ए बड़े छोटा ले भाई चलो थोड़ा साइज दा ये सब चाहिए ये सब है दूसरा चाहिए सब सेम कहने मिल जाना वैसे पर है नहीं इस वक्त छोटा नहीं करण ने बनाया मगर मरुड़ी जी करती हो तरह की स्टंट करो पसंद हर पते उंगलां बस कर जा के चंगा पदीना लगा संगत काफी हुंदी है ते आ मेरे जी आ मेरे भैन जी तू मामे ना रहूंगा ना नाम ते सुंदर सारा क्या होया हां नहीं नहीं बनी गल होया पूरी हां नहीं बनी गल नहीं की आंदा है नहीं परस कलर आ वादू है अंदर आ जा अंदर आ जा ਵਿਖਾਇਓ ਉਹ ਕੋਈ ਨਹੀਂ ਆ ਜਾਣਾ ਨਾ ਵਾਪਸ ਇੱਥੇ ਖਲੋਤੇ ਆ ਮੋੜ ਤੇ ਵਿਖਾਇਓ ਭਾਈ ਯਾਰ ਇਹ ਕਲਰ ਕਰ ਚੈੱਕ ਆ ਵੇਖਾ ਉਹ ਆ ਕਲਰ ਟੰਗਿਆ ਦਬਾ ਟੰਗਿਆ ਆ ਕਲਰ ਉਹ ਕਲਰ ਜਿਹੜਾ ਟੰਗਿਆ ਉਹ ਕਲਰ ਜਿਹੜਾ ਟੰਗਿਆ ਇਹ ਸੇਮ ਆ ਨਾ थोड़ा सोना
ਕਾਟਨ ਦੀ ਬਣਾ ਲਈ ਆ ਚੀਜ਼ ਜਿਸ ਤਰ੍ਹਾਂ ਬਰੋਡਰੀ ਨਹੀਂ ਹੋਣੀ ਆ ਵਾਲੀ ਕਾਟਨ ਤੇ ਲੈ ਲਾ ਹਣਾ ਕੋਈ ਨਹੀਂ ਦੇ ਦੇ ਯਾਰ ਇੱਕ ਲੈ ਲਾ ਯਾਰ ਇੱਕ ਆ ਲੈ ਲਾ ਜਿੰਨਾ ਦਾ ਬਾਹਰ ਲੱਗਾ ਹਾਲੇ ਹੁਣੇ ਲਾਇਆ ਜੇ ਤੁਸੀਂ ਉਹ ਤੁਸੀਂ ਲੈ ਕੇ ਜਾਓਗੇ ਮੈਂ ਕੋਈ ਹੋਰ ਬਾਹਰ ਲਾ ਦੇਣਾ ਚਲੋ ਜੀ ਬਾਹਰ ਜਾ ਕੇ ਦੇਖਦੀ ਚੀਜ਼ डरना फते नहीं पहला उन्हें बखाला पहला डरदा तो नहीं गा अच्छा ले दीप न मार आवाज मड़ी गई ले लो लो गां हो लेकिन बन गई गल बस ਹੋਰ ਤੂੰ ਚੁਕਰੀਆਂ ਕਿਹੜਾ ਬਾਰੇ ਆ ਲੈਣਾ ਇਹ ਗਰਲੀ ਸ਼ਾਇਦ ਹੁਣ ਇੱਧਰ ਕਰਨਾ ਬੋਲੋ ਸ਼ੋਪਿੰਗ ਮੁੱਕਦੀ ਨਹੀਂ ਤੁਹਾਡਾ ਭਲਾ ਹੋ ਜੇ ਲੈ ਇੱਧਰ ਵੜ ਚੱਲੀ ਹੁਣ ਇਹਦਾ ਨਹੀਂ ਕੁਛ ਵੀ ਇਹਦਾ ਤੁਸੀਂ ਤੁਸੀਂ ਤੁਹਾਨੂੰ ਜੇ ਟਾਈਮ ਕੱਢਣ ਡੇ ਤੁਸੀਂ ਬੰਦਾ ਸਾਡਾ ਚੰਗਾ ਨਾ ਕੋਈ ਮੰਗਦਾ ਵਾ ਕੱਲੀ ਸਮੱਗਰੀ ਚਾਹੀਦੀ ਹੁੰਦੀ ਬਸ 300 ਤੋਂ ਸ਼ੁਰੂ ਕੀਤਾ ਕੰਮ 500 700 800 1000 ਜੁੱਤੀ ਵੇਖਣੀ ਇੱਥੋਂ ਕਿਤੋਂ ਆ ਸਹੀ ਜਾਂਦੇ ਜਾਂਦੇ ਆਏਗਾ ਚਲੋ ਜੂਸ ਪੀ ਜੀਏ ਸਾਰਾ ਪਤਾ ਸੌਂ ਗਿਆ ਮੈਂ ਵੀ ਆਹ ਮੋਟਰਸਾਈਕਲ ਕਿੱਥੇ ਲਾ ਗਿਆ ਦੇਖ ਉੱਡਦੀ ਹੈ ਤਾਂ ਨੂੰ ਆ ਲਾ ਤਾਂ ਕਵਾਸਾ ਜਿਹਾ ਕਰ ਗਿਆ ਸਾਹਿਬ ਜੀ ਚਲੋ ਚੱਲੀਏ ਆਉਣ ਤੋਂ ਆਉਣ ਤੋਂ ਬਾਅਦ ਮੈਂ ਵੀ ਪਹੁੰਚ ਗਏ ਘਰ ਦਿਨ ਛੱਡਣ ਆਇਆ ਸਾਨੂੰ ਹਾਂਜੀ ਹੁਣ ਜਿੰਨਾ ਵਧੀਆ ਇਹ ਸਿਸਟਮ ਬਣਿਆ ਨਾ ਖੁੱਲੇ ਤੰਦਾਂ ਨਾਲ ਮਿਲਦਾ ਤੈਨੂੰ ਕੋਈ ਨਹੀਂ ਰੋਕਦਾ ਆਇਓ ਬਸ ਟਾਈਮ ਹੋ ਗਿਆ 6 ਵਜੇ ਦਾ ਫੋਨ ਮੈਂ ਆ ਕੇ ਜਾਣਾ ਬਸ ਹਾਂ ਰਾਮ ਇੱਕ ਨਾਲ ਆ ਜਾ ਲੈ ਬੁੱਧੀ ਚੱਲੇ ਹਾਂ ਛੱਡਣਾ ਹੈ ਸਾਨੂੰ ਗੱਡੀ ਆਪਣੀ ਘਰੇ ਲੱਗੀ ਠੀਕ ਹੈ ਜੀ ਹਾਂ ਓਕੇ ਫਿਰ ਚਲੋ ਠੀਕ ਹੈ ਮਿਲਦੇ ਹਾਂ ਪਹੁੰਚ ਗਏ ਮੈਂ ਕਿਹਾ ਚਲੋ ਚਾਹ ਪੀ ਲਈਏ ਘੁੱਟ ਘੁੱਟ ਕਿਆ ਵੀ ਕਹਿਣ ਪੀ ਲਈਏ